ਫਾਜ਼ਿਲਕਾ ਦੇ ਵਿੱਚ ਇੱਕ ਵਿਅਕਤੀ ਨੂੰ ਵੱਖ-ਵੱਖ ਬੈਂਕਾਂ ਦੇ ਏਟੀਐਮ ਸਣੇ ਕਾਬੂ ਕੀਤਾ। ਫੜੇ ਗਏ ਵਿਅਕਤੀ ਤੇ ਇਲਜ਼ਾਮ ਨੇ ਕਿ ਉਸਨੇ ਕਿਸੇ ਵਿਅਕਤੀ ਦੇ ਏਟੀਐਮ ਨੂੰ ਬਦਲ ਕੇ ਉਸ ਦੇ ਵਿੱਚੋਂ ਪੈਸੇ ਕਢਵਾਏ। ਲੋਕਾਂ ਨੇ ਇਸੇ ਸ਼ਖਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਦੱਸਦੇ ਕਿ ਇੱਕ ਵਿਅਕਤੀ ਏਟੀਐਮ ਤੋਂ ਆਪਣੇ ਖਾਤੇ ਨੂੰ ਚੈੱਕ ਕਰਦਾ ਸੀ। ਇਸੇ ਦੌਰਾਨ ਇੱਕ ਵਿਅਕਤੀ ਉਸ ਥਾਂ ਤੇ ਆਇਆ ਤਾਂ ਇਸਨੇ ਬੜੀ ਚਲਾਕੀ ਦੇ ਨਾਲ ਏਟੀਐਮ ਨੂੰ ਬਦਲ ਲਿਆ, ਜਿਸ ਦੇ ਵਿੱਚੋਂ ਪੈਸੇ ਕਢਵਾਏ। ਜਿਸ ਵਿਅਕਤੀ ਦਾ ਏਟੀਐਮ ਸੀ ਉਸਨੂੰ ਇਸ ਗੱਲ ਦਾ ਭੋਰਾ ਵੀ ਪਤਾ ਨਹੀਂ ਲੱਗਾ। ਜਦੋਂ ਉਹ ਕੁਝ ਦੂਰੀ ਤੇ ਗਿਆ ਤਾਂ ਉਸਦੇ ਫੋਨ ਉੱਤੇ ਪੈਸੇ ਕੱਟੇ ਜਾਣ ਦਾ ਮੈਸੇਜ ਆਇਆ, ਜਿਸ ਤੋਂ ਬਾਅਦ ਉਹ ਬੈਂਕ ਬ੍ਰਾਂਚ ਵਿੱਚ ਗਿਆ ਤੇ ਆਪਣਾ ਏਟੀਐਮ ਬੰਦ ਕਰਵਾਉਣ ਲੱਗਾ, ਜਿੱਥੇ ਉਸਦੀ ਨਜ਼ਰ ਉਸ ਵਿਅਕਤੀ ਤੇ ਪਈ ਜਿਸਨੇ ਏਟੀਐਮ ਨੂੰ ਬਦਲਿਆ ਸੀ। ਤਾਂ ਲੋਕਾਂ ਦੀ ਸਹਾਇਤਾ ਦੇ ਨਾਲ ਇਸ ਸ਼ਾਤਰ ਵਿਅਕਤੀ ਨੂੰ ਫੜਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਇਹ ਵਿਅਕਤੀ ਦੀ ਤਲਾਸ਼ੀ ਲਈ ਗਈ ਤਾਂ ਇਸਦੇ ਕੋਲੋਂ ਬੈਂਕਾਂ ਦੇ 18